ਗਿਆ ਤੇ ਕੋਰ ਕੁਬੈੜ ਜੇ ਉਹ ਨਾ ਲਾਇਆ ਗਾੜੀਆਂ ਦੇ ਝੁਲੀਆਂ ਹੀ ਖਾ ਜਾਸੀ ਆ ਗਿਆ ਈਓ ਚਾਹ ਪੀਣ ਵੇਖਾਂ ਇਹ ਮਾਲ ਪਿਆ ਖਾਂਦਾ ਹੀ ਸਵੇਰ ਨੂੰ ਯੂਟਿਊਬਰ ਭੈਣ ਭਰਾਵਾਂ ਚਾਹੀਦਾ ਵੀ ਸਾਨੂੰ ਸਪੋਰਟ ਕਰਨ ਸਾਡੇ ਚੈਨਲ ਨੂੰ ਤੇ ਅਸੀਂ ਫਿਰ ਵੀਡੀਓ ਬਣਾਈਏ ਕਿਉਂਕਿ ਤੁਹਾਨੂੰ ਪਤਾ ਮੈਂ ਬਾਹਰ ਨਿਕਲ ਕੇ ਵੀਡੀਓ ਨਹੀਂ ਬਣਾ ਸਕਦਾ ਮੈਂ ਜੁਮੇ ਦਿਨ ਛੁੱਟੀ ਹੁੰਦੀ ਆ ਪੈ ਗਏ ਨੇ ਐਡ ਕਰ ਲਈ ਅਸੀਂ ਅੱਲਾ ਖੈਰ ਕਰੇ ਹੁਣ ਲੱਗੇ ਨੇ ਸ਼ੁਰੂ ਕਰਨ ਫਿਰ ਵੱਜਣਾ ਬੀਮ ਭਰਿਆ ਗਿਆ ਵਾ ਬੀਮ ਦੀ ਕੱਲ੍ਹ ਆਵਾਂਗੇ ਚੇਨਾਈ ਕੀ ਹਾਲ ਜੇ ਮੀਂਹ ਦਾ ਭੈਣ ਭਰਾ ਠੀਕ ਹੋਣਗੇ ਮੈਂ ਤੁਹਾਡਾ ਆਪਣਾ ਰਿਆਸਤ ਗੇਲ ਤੁਸੀਂ ਮੇਰਾ ਚੈਨਲ ਵੇਖ ਰਹੇ ਵਿਹਲਾ ਜੱਟ ਵਨ ਤੇ ਚੱਲਿਆ ਹੁਣ ਨਵੇਂ ਤੇ ਕੀਤਾ ਫਿਰ ਜੁਮਾ ਪੜਦੇ ਰੇ ਪੜਿਆ ਆ ਕੇ ਜੁਮਾ ਪੜ ਕੇ ਤੇ ਹੁਣ ਅੱਲਾ ਖੈਰ ਅੱਗੇ ਸੀ ਸ਼ਾਮੀ ਹੁਣ ਫਿਰ ਚੱਲਦੇ ਹਾਂ ਕੰਮ ਤੇ ਉੱਥੇ ਹੀ ਮੈਂ ਲੋਹੇ ਦੇ ਟਰਾਲੇ ਲਾਉਣਾ ਵਾਂ ਅਤੇ ਮਿਸਤਰੀਆਂ ਦਾ ਕੰਮ ਕਰਦਾ ਦਿਹਾੜੀ ਨਹੀਂ ਟੁੱਟ ਤੋੜਦਾ ਕਿਉਂਕਿ ਨਿਜ਼ਾਮ ਹੀ ਇੱਦਾਂ ਦਾ ਅੱਜ ਕੱਲ੍ਹ ਮੰਗਿਆ ਇੰਨੀ ਕਾ ਵੀ ਘਰ ਦਾ ਸਰਕਟ ਨਹੀਂ ਚੱਲਦਾ ਹੈ ਜਦ ਕਿਉਂਕਿ ਮੈਂ ਜਦੋਂ ਵੀਡੀਓ ਬਣਾਉਂਦਾ ਨਾ ਕੰਮ ਤੇ ਮੌਲਵੀ ਇੱਕ ਹੈ ਸੀ ਬੰਦਾ ਬਹੁਤ ਨਾਈਸ ਸੀ ਮੇਰਾ ਮਾਲਕ ਜੇ ਕੋ ਮੈਂ ਕੰਮ ਕਰਦਾ ਸੀ ਜਿਹਦਾ ਉਹ ਬੰਦਾ ਮੇਰੇ ਨਾਲ ਵੀ ਵੀਡੀਓ ਬਣਾਉਂਦਾ ਸੀ ਕਈ ਮਾਲਕ ਐਸੇ ਨਹੀਂ ਹੁੰਦੇ ਨੇ ਵੀਡੀਓ ਬਣਾਉਣ ਲੱਗਿਆ ਥੋੜ੍ਹੀ ਦਿੱਕਤ ਆਉਂਦੀ ਸਾਨੂੰ ਕੰਮ 'ਤੇ ਗੁੱਸੇ ਹੁੰਦੇ ਨੇ ਵੀ ਯਾਰ ਕੰਮ ਕਰੋ ਵੀਡੀਓ ਕਿਉਂ ਬਣਾ ਰਹੇ ਜੇ ਮੋਬਾਈਲ ਬਾਹਰ ਕਿਉਂ ਕੱਢਿਆ ਵਾ ਯੂਟਿਊਬਰ ਭੈਣ ਭਰਾਵਾਂ ਚਾਹੀਦਾ ਵੀ ਸਾਨੂੰ ਸਪੋਰਟ ਕਰਨ ਸਾਡੇ ਚੈਨਲ ਨੂੰ ਅਤੇ ਅਸੀਂ ਫਿਰ ਵੀਡੀਓ ਬਣਾਈਏ ਕਿਉਂਕਿ ਤੁਹਾਨੂੰ ਪਤਾ ਮੈਂ ਬਾਹਰ ਨਿਕਲ ਕੇ ਵੀਡੀਓ ਨਹੀਂ ਬਣਾ ਸਕਦਾ ਮੈਂ ਜੁਮੇ ਦਿਨ ਛੁੱਟੀ ਹੁੰਦੀ ਆ ਉਹ ਹੀ ਨਿਕਲ ਕੇ ਵੀਡੀਓ ਬਾਹਰ ਬਣਾਉਣਾ ਵਾਂ ਅਤੇ ਉਵੇਂ ਵੀਡੀਓ ਨਹੀਂ ਮੇਰੇ ਕੋਲ ਬਣਦੀ ਕਿਉਂਕਿ ਹਫ਼ਤਾ ਪੂਰਾ ਕੰਮ 'ਤੇ ਲਾਉਣਾ ਪੈਂਦਾ ਵਾ ਕੰਮ 'ਤੇ ਲਾਈਦਾ ਵਾ ਇੱਕ ਦਿਹਾੜੀ ਛੁੱਟੀ ਕਰਨੀ ਤਾਂ ਨਿਜ਼ਾਮ ਨਹੀਂ ਬਣ ਚੱਲਦਾ ਲੋਹੇ ਦੇ ਟਰਾਲੇ ਲਾਈਦੇ ਆ ਅਤੇ ਨਹੀਂ ਤਾਂ ਮਿਸਤਰੀ ਵਾਲਾ ਕੰਮ ਕਰੀਦਾ ਛੁੱਟੀ ਨਹੀਂ ਕੀਤੀ ਜਾਂਦੀ ਚਾਹੀਦਾ ਮੈਨੂੰ ਸਪੋਰਟ ਕਰਨ ਅਤੇ ਮੈਂ ਵੀ ਬਾਹਰ ਨਿਕਲ ਕੇ ਵੀਡੀਓ ਤੁਹਾਨੂੰ ਚੀਜ਼ਾਂ ਦਾ ਬਾਹਰ ਨਿਕਲ ਕੇ ਵੀਡੀਓ ਬਣਾਵਾਂ ਕਿਉਂਕਿ ਕੰਮ ਦੇ ਦੌਰਾਨ ਮੇਰੇ ਕੋਲ ਵੀਡੀਓ ਜਿਹੜੀ ਆ ਉਹ ਥੋੜ੍ਹੀ ਜਿਹੀ ਦਿੱਕਤ ਆਉਂਦੀ ਆ ਮਾਲਕ ਕਈ ਇਹ ਚੰਗੇ ਟੱਕਰ ਜਾਂਦੇ ਨੇ ਕਈ ਮਾਲਕ ਨਹੀਂ ਸਹੀ ਹੁੰਦੇ ਜਿਹੜੇ ਵੀ ਬੋਲਦੇ ਨੇ ਵੀਡੀਓ ਬਣਾਉਂਦੇ ਚੱਕਰਾਂ 'ਚ ਵੀ ਯਾਰ ਵੀਡੀਓ ਕਿਉਂ ਬਣਾਉਂਦੇ ਕੰਮ ਕਰ ਆਪਾਂ ਅਤੇ ਹੁਣ ਸਵੇਰੇ ਸਵੇਰੇ ਚੱਲੇ ਹਾਂ ਫਿਰ ਕੰਮ 'ਤੇ ਬੰਦ ਕੋਈ ਨਹੀਂ ਹੈ ਅਤੇ ਹੁਣ ਜਾ ਰਿਹਾ ਅੱਲਾ ਖੈਰ ਕਰ ਕੰਮ 'ਤੇ ਫਿਰ ਉਹ ਮਹਾਰਾ ਕਹਿੰਦੇ ਕਿਹੜੇ ਬੰਦਾ ਹੀਰਾ ਕਹਿਣ ਜੇ ਨਾਮ ਬਣੂਗਾ ਤੇ ਵੀਰਾ ਵੀਰਾ ਕਹਿਣ ਜੇ ਪਹਿਲਾਂ ਜ਼ੋਰ ਮਾਰਦੇ ਸ਼ਰੀਫ ਜਾਣ ਕਹੇ ਬਦਲੇ ਆਬਾਦ ਚ ਵਤੀਰਾ ਕਹਿਣ ਜੇ ਨੀਲੀ ਛੱਤ ਖੜੀ ਜਿਵੇਂ ਥੰਮ ਤੋਂ ਬਿਨਾ ਨੂੰ ਦੀ ਪਛਾਣ ਹੁੰਦੀ ਚੰਮ ਤੋਂ ਬਿਨਾ ਚੱਕੀ ਵੀ ਉਹਨਾਂ ਦੇ ਕਦੇ ਕੰਮ ਨਹੀਂ ਆਇਆ ਕਰਦੇ ਨੀ ਗੱਲ ਜਿਹੜੇ ਕੰਮ ਤੋਂ ਬਿਨਾ ਬੜਾ ਕੁਝ ਕੀਤਾ ਪਹਿਲਾਂ ਜਮਾ ਗੋਰੀ ਲੱਗੇ ਹੋਏ ਕਸਾਈ ਤੇ ਇੱਧਰ ਦਰਦੀਆਂ ਦੁਕਾਨ ਆ ਸਾਬਰ ਗਿਆ ਵਾ ਉਸ ਟਾਕੀ ਲੈਣ ਹੱਥਾਂ ਦੇ ਬਣਨੀਆਂ ਟਾਕੀਆਂ ਕਿਉਂਕਿ ਹੱਥ ਛਿੱਲੇ ਜਾਂਦੇ ਨੇ ਅਤੇ ਟਾਕੀ ਲੈਣ ਗਿਆ ਸਾਹਮਣੇ ਦਰਜੀ ਦੁਕਾਨ 'ਚ ਦੁਕਾਨਾਂ ਬੰਦ ਰਹੇ ਸੁਬਹਾ ਸੁਬਹਾ ਸਾਰੀਆਂ ਸਿਰਫ ਇਹ ਕਸਾਈ ਆਏ ਆ ਗੋਸ਼ਤ ਘਰ ਦੇ ਅਤੇ ਜਾਂ ਫਿਰ ਆਏ ਨੇ ਆ ਚੱਲ ਸਾਬਰ ਸ਼ੁਕਰ ਆ ਆਏ ਟਾਕੀਆਂ ਲੈ ਕੇ ਸਾਬਰ ਸੈਨ ਟਾਕੀਆਂ ਲੈ ਕੇ ਆ ਰਿਹਾ ਸੀ ਹੱਥਾਂ 'ਤੇ ਰੱਖ ਪੱਟੀਆਂ ਛੱਟੀਆਂ ਬੰਨਣੀਆਂ ਸੀ ਕੰਮ ਵੱਲ ਪੜ ਗਏ ਜਾ ਰਹੇ ਆ ਖੈਰ ਕਰੇ ਨਿਕਲ ਆਏ ਆ ਹੁਣ ਰਸਤੇ 'ਤੇ ਇਹ ਜਾ ਰਹੇ ਕੰਮ ਦੇ ਵੇ ਦਾਨਿਆ ਸਾਰੀ ਮਾਰਕੀਟ ਬੰਦਾ ਅੱਜ ਸੁਬਹਾ ਸੁਬਹਾ ਦਾ ਟਾਈਮ ਆ ਚੰਦ ਦੁਕਾਨਾਂ ਖੁੱਲੀਆਂ ਨੇ ਕੰਮ ਬਣ ਗਏ ਅਸਲਾਮੁ ਅਲੈਕੁਮ ਸੁਣਾਓ ਅੱਜ ਤੇ ਟੋਪੀ ਸਿਹਤ ਰੱਖੀ ਲੱਗਾ ਪਿਆ ਕੇ ਬਜ਼ੁਰਗ ਸਿਰ ਸਿਰ ਠੰਡ ਚ ਬਾਹਰ ਬੈਠੇ ਨੇ ਅਕਬਰ ਸੈਨ ਸਾਡਾ ਪਾਣੀ ਲਾ ਰਹੇ ਹੋ ਗਿਆ ਤੇ ਕੋਰ ਕੁਬੈੜ ਜੇ ਉਹਨਾਂ ਲਾਇਆ ਮੈਂ ਆਖਿਆ ਸਾਡੀਆਂ ਦੇ ਝੁਲੀਆਂ ਹੀ ਖਾ ਜਾਸੀ ਇਹ ਆ ਗਿਆ ਈਓ ਚਾਹ ਪੀਣ ਵੇਖਾਂ ਇਹ ਮਾਲ ਪਿਆ ਖਾਂਦਾ ਹੀ ਸਵੇਰ ਨੂੰ ਸਵੇਰ ਨਾਲ ਐਵੇਂ ਖਾਂਦਾ ਜਿਵੇਂ ਕਦੀ ਖਾਧਾ ਨਹੀਂ ਹੁੰਦਾ ਵੇਖ ਇਹ ਸਾਡਾ ਲਿਆਕਤ ਇੱਟਾਂ ਦੇ ਸੌਦੇ ਕਰਿੰਦਾ ਤੂੜੀਆਂ ਦੇ ਸੌਦੇ ਕਰਦਾ ਜੀ ਤੇ ਕਮਿਸ਼ਨ ਵਿੱਚੋਂ ਹਜ਼ਾਰ ਹਜ਼ਾਰ 1500-1500 ਮਾਰ ਕੇ ਬੇੜਾ ਗਰਕ ਕੀਤੀ ਹੁੰਦਾ ਮਾਲਕਾਂ ਦਾ ਇੱਟਾਂ ਬੇੜਾ ਗਰਕ ਇੱਟਾਂ ਦਾ ਕਰੀ ਜਾਂਦਾ ਜੀ ਚੰਗਾ ਟੀਕਾ ਲਾਉਂਦਾ ਜੀ ਮਾਲਕਾਂ ਨੂੰ ਕੱਚੀਆਂ ਇੱਟਾਂ ਲਿਆ ਦੇਈ ਜਾਂਦਾ ਵਾ ਅਕਬਰ ਸੈਨ ਇੱਧਰ ਲਿਆਕਤ ਸਾਬਰ ਸੈਨ ਸਾਰੀਆਂ ਡਾਂਗਾਂ ਫੇਰਦੀਆਂ ਇਹਨਾਂ ਨੂੰ ਕਿਉਂ ਲਿਆਕਤਾ ਲਿਆਕਤਾ ਕਿੰਨੇ ਡਾਂਗਾ ਖਾਏ ਇਹਨਾਂ ਨੂੰ ਕਿੰਨੇ ਪੈਸੇ ਲੈਣੀ ਆ ਗਾਂ ਨਾਲ ਯਾਰ ਸੌਦਾ ਲੈਣਾ ਸੀ ਤੇਰੇ ਕੋਲ ਗਾਂ ਖੜੀ ਏ ਕੀ ਕਿਵੇਂ ਕਿਹੜੇ ਬੰਨ ਨੇ
ਤਰੋਕੜ ਦੋ ਪਿੱਛੇ ਜਾਜੂ ਹੈ ਕੋਈ ਨਹੀਂ ਵੱਛੀ ਮਗਰ ਵੱਡੀ ਸਾਰੀ ਦੀ ਆ ਨਾ ਇੱਥੇ ਇੱਥੇ ਹੁਣ ਚਾਹ ਪੀ ਕੇ ਹਟੇ ਆ ਤੇ ਕੰਮ ਸ਼ੁਰੂ ਕਰਨ ਲੱਗੇ ਪੌੜੀ ਲੱਗੀ ਪੌੜੀ ਦੀ ਚੜਿਆ ਜਾ ਚੜਿਆ ਵਾ ਇਹ ਪਏ ਨੇ ਤੇਸੀਆਂ ਕਰਨੀਆਂ ਮੇਰੀਆਂ ਕੰਮ ਸ਼ੁਰੂ ਕਰਨ ਲੱਗਾ ਵਾ ਟੀਕਾ ਸਾਡਾ ਭਰਿਆ ਗਿਆ ਵਾ ਤੇ ਮੈਂ ਕਿਹਾ ਹੁਣ ਕੰਮ ਸ਼ੁਰੂ ਕਰ ਲਈਏ ਪਰਾਈ ਮਜ਼ਦੂਰੀ ਬਹੁਤ ਔਖੀ ਆ ਚਲੋ ਮੈਂ ਕਹਿੰਦੇ ਹੋ ਮਸਾਲਾ ਕੰਮ ਸ਼ੁਰੂ ਕਰੀਏ ਗੰਨਾ ਮੈਂ ਸੁਣੀਏ ਕਿਸੇ ਦੀਆਂ ਯਾਰ ਕੰਮ ਦੇ ਲੈਣ 'ਚ ਵੀਡੀਓ ਬਣਾਉਣੀ ਬਹੁਤ ਔਖੀ ਹੋ ਗਈ ਆ ਅਤੇ ਗੱਲਾਂ ਕਰਦੇ ਨੇ ਅਤੇ ਹੁਣ ਭੈਣ ਭਰਾ ਸਪੋਰਟ ਕਰੋ ਮੇਰੀ ਸਵੇਰੇ ਸਵੇਰੇ ਆਏ ਕੰਮ 'ਤੇ ਤੇਗਾ ਭਰਨੇ ਆ ਇਹ ਟਾਇਲ ਦਾ ਤੇਗਾ ਹੀ ਭਰਿਆ ਵਾ ਅਤੇ ਟਾਇਲ ਦਾ ਤੇਗਾ ਖੁੱਲ੍ਹ ਜਾਂਦਾ ਹੁੰਦਾ ਵਾ ਇਹ ਹੁਣ ਅੱਧੀ ਭਰਾਈ ਦੀ ਹੋ ਗਈ ਆ ਮੈਂ ਇੰਚ ਇੰਚ ਡੇਢ ਡੇਢ ਇੰਚ ਰਹਿ ਗਿਆ ਭਰਾਈ ਕਰਨ ਦਾ ਇਹਨੂੰ ਠਹਿਰ ਕੇ ਭਰਦੇ ਹਾਂ ਅਤੇ ਇਹ ਪਿਛਲਾ ਭਰਨ ਲੱਗੇ ਆ ਪਿਛਲਾ ਤੇਗਾ ਸਾਡਾ ਖਾਲੀ ਆ ਸਰੀਏ ਸਾਡੇ ਪੈ ਗਏ ਨੇ ਸਰੀਆ ਪਾ ਤਾ ਤੋੜੋ ਤੋੜ ਅਤੇ ਇੱਧਰ ਮਾਲ ਰਲਾ ਰਹੇ ਆ ਮਾਲ ਬਣਾਉਣ ਦੇ ਅਕਬਰ ਅਤੇ ਸਾਬਰ ਦੋਵੇਂ ਲੱਗੇ ਹੁਣ ਫੱਟੇ ਪੈ ਗਏ ਨੇ ਐਡ ਕਰ ਲਈ ਅਸੀਂ ਅੱਲਾ ਖੈਰ ਕਰੇ ਹੁਣ ਲੱਗੇ ਨੇ ਸ਼ੁਰੂ ਕਰਨ ਫਿਰ ਵੱਜਣਾ ਬੀਮ ਭਰਿਆ ਗਿਆ ਵਾ ਬੀਮ ਦੀ ਕਾਹਨੂੰ ਲਾਵਾਂਗੇ ਚਲਾਈ ਅੱਜ ਇਹਦੀ ਅੱਲਾ ਖੈਰ ਕਰੇ ਲਾ ਰੱਖਿਆ ਇਹ ਨਾਲ ਮੇਨ ਰੋਡ ਆ ਜੇ ਦੁਕਾਨ ਬਣਾ ਰਹੇ ਹੋ ਗਈ ਸਾਡੀ ਪੂਰੀ ਹੈਡ ਕਰਤੀ ਮੁਕੰਮਲ ਦੀਵਾਰ ਦੀ ਇਸ ਦੀ ਇਹ 16 ਫੁੱਟ ਹੈਡ ਹੋ ਗਈ ਇਹਦੀ ਇੱਧਰ ਲਾਉਣ ਲੱਗੇ ਹਾਂ ਹੁਣ ਇਸ ਜਗ੍ਹਾ 'ਤੇ ਪੈਣ ਲੱਗਣੀ ਆ ਇਹਦਾ 12-12 ਵਾਰ ਰਹਿ ਕੇ ਲੱਗਣਾ ਸਾਡੇ ਤੋੜ ਤਿਕਰ ਠੀਕ ਆ ਅਤੇ ਹੁਣ ਚੱਲੇ ਹਾਂ ਘਰ ਅੱਲਾ ਖਾ ਕੇ ਸਵੇਰੇ ਕਰਾਂਗਾ ਬਾਕੀ ਕੰਮ ਇਹਦਾ ਸਭ ਹਸੈਨ ਮੂੰਹ ਧੋ ਰਿਹਾ ਅਤੇ ਹੁਣ ਜਾ ਰਹੇ ਹਾਂ ਪਾਣੀ ਪੀ ਰਿਹਾ ਠੰਡ ਦੇ ਵਿੱਚ ਲੰਮੀ ਦੁਆਰ 'ਤੇ ਰਹਿ ਗਏ ਸੀ 4 ਵਾਰ ਲੇਟ ਹੋ ਗਏ ਫਿਰ ਹੁਣ ਆ ਗਏ ਹਾਂ ਘਰ ਅੱਲਾ ਖੈਰ ਕਰ ਸਵੇਰੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ